ਕਰਾਂਗਾ ਜੀ, ਮੈਂ ਤਾਂ ਸਕੂਲ ਵਾਲਿਆਂ ਨਾਲ ਵੀ ਬੰਦ ਕਰਾਂਗਾ, ਜਵਾਕ ਨਹੀਂ ਭੇਜਣੇ ਅਸੀਂ। ਤੁਸੀਂ ਕਹਿੰਦੇ ਜਵਾਕ ਨਾ ਭੇਜੋ, ਤੁਹਾਨੂੰ ਬੰਦਾ ਬਣਾਵਾ, ਬੰਦਾ ਤੁਹਾਨੂੰ ਸਕੂਲੀ ਬੱਚਿਆਂ ਦੇ ਨਾਲ ਭਰਿਆ ਇੱਕ ਈ ਰਿਕਸ਼ਾ ਪਲਟਿਆ, ਜਿਸ ਦੇ ਕਾਰਨ ਕਈ ਸਕੂਲੀ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜੋ ਈ ਰਿਕਸ਼ਾ ਚਾਲਕ ਹੈ ਉਸਦੇ ਵੱਲੋਂ ਸੀਟਾਂ ਨਾਲੋਂ ਵੱਧ ਇਸ ਈ ਰਿਕਸ਼ਾ ਦੇ ਵਿੱਚ ਬੱਚੇ ਬਿਠਾਏ ਗਏ ਸੀ, ਜਿਸ ਦੇ ਕਾਰਨ ਈ ਰਿਕਸ਼ਾ ਦਾ ਐਕਸਲ ਟੁੱਟਦਾ ਹੈ। ਐਕਸਲ ਟੁੱਟਣ ਦੇ ਕਾਰਨ ਈ ਰਿਕਸ਼ਾ ਸੜਕ ਦੇ ਉੱਤੇ ਹੀ ਪਲਟੀ ਹੋ ਜਾਂਦਾ, ਜਿਸ ਦੇ ਕਾਰਨ ਕਈ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੁੰਦੇ ਨੇ। ਜਿਵੇਂ ਹੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਦੇ ਨੇ ਅਤੇ ਈ ਰਿਕਸ਼ਾ ਚਾਲਕ ਨੂੰ ਖਰੀਆਂ ਖਰੀਆਂ ਸੁਣਾਈਆਂ ਜਾਂਦੀਆਂ ਨੇ। ਹਾਲਾਂਕਿ ਜੋ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜੇਕਰ ਕੋਈ ਓਵਰਲੋਡਿੰਗ ਕਰਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਤਾਂ ਅਬੋਹਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਕੂਲੀ ਬੱਚਿਆਂ ਦੇ ਨਾਲ ਭਰਿਆ ਇੱਕ ਈ ਰਿਕਸ਼ਾ ਪਲਟ ਗਿਆ, ਜਿਸ ਦੇ ਕਾਰਨ ਕਈ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ, ਜਿੱਥੇ ਜਾ ਕੇ ਬੱਚਿਆਂ ਨੇ ਖੁਦ ਦੱਸਿਆ ਕਿ ਜੋ ਈ ਰਿਕਸ਼ਾ ਚਾਲਕ ਹੈ ਉਸਦੇ ਵੱਲੋਂ ਨਜਾਇਜ਼ ਤੌਰ ਦੇ ਉੱਤੇ ਬੱਚਿਆਂ ਨੂੰ ਬਿਠਾਇਆ ਜਾਂਦਾ, ਸੀਟਾਂ ਨਾਲੋਂ ਵੱਧ ਬੱਚੇ ਇਸ ਈ ਰਿਕਸ਼ਾ ਦੇ ਵਿੱਚ ਤੁੰਨੇ ਹੋਏ ਸੀ। ਹਾਲਾਂਕਿ ਇੱਕ ਲੜਕੀ ਦਾ ਇੱਥੋਂ ਤੱਕ ਕਹਿਣਾ ਹੈ ਕਿ ਕਈ ਵਾਰ ਤਾਂ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਉਹਨਾਂ ਦੀ ਗੋਦੀਆਂ ਦੇ ਵਿੱਚ ਵੀ ਬੱਚਿਆਂ ਨੂੰ ਬਿਠਾਇਆ ਜਾਂਦਾ। ਤਾਂ ਦੱਸ ਦਈਏ ਕਿ ਚੰਦ ਰੁਪਿਆਂ ਦੇ ਖਾਤਰ, ਕੁਝ ਲਾਲਚ ਦੇ ਖਾਤਰ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਦਾਅ ਤੇ ਲਗਾਇਆ ਗਿਆ ਸੀ। ਤਾਂ ਈ ਰਿਕਸ਼ਾ ਚਾਲਕ ਦਾ ਘਟੀਆ ਕਾਰਨਾਮਾ ਸਾਹਮਣੇ ਆਇਆ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਈ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਫਿਲਹਾਲ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੀ ਵੀ ਈ ਰਿਕਸ਼ਾ ਚਾਲਕ ਨਾਲ ਹਲਕੀ ਝੜਪ ਹੋਈ ਹੈ, ਇੱਕ ਦੂਜੇ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਨੇ। ਤਾਂ ਅਬੋਹਰ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਫਿਲਹਾਲ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਸਕੂਲ ਜਾਂਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ। ਈ ਰਿਕਸ਼ਾ ਦੇ ਵਿੱਚ ਕਿਹਾ ਜਾ ਰਿਹਾ ਕਿ ਲੋੜ ਤੋਂ ਵੀ ਜ਼ਿਆਦਾ ਬੱਚੇ ਇਸ ਈ ਰਿਕਸ਼ੇ ਦੇ ਵਿੱਚ ਬਿਠਾਏ ਗਏ ਸੀ, ਜਿਸ ਦੇ ਕਾਰਨ ਈ ਰਿਕਸ਼ਾ ਦਾ ਐਕਸਲ ਟੁੱਟਦਾ, ਐਕਸਲ ਟੁੱਟਣ ਦੇ ਕਾਰਨ ਜੋ ਈ ਰਿਕਸ਼ਾ ਬੇਕਾਬੂ ਹੁੰਦਾ ਹੋਇਆ ਸੜਕ 'ਤੇ ਹੀ ਪਲਟੀ ਹੋ ਜਾਂਦਾ। ਰਾਹਗੀਰਾਂ ਦੀ ਮਦਦ ਦੇ ਨਾਲ ਤੁਰੰਤ ਜੋ ਜ਼ਖਮੀ ਬੱਚੇ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਆਟੋ ਦੇ ਵਿੱਚ ਸੀ, ਉਹ ਦੋਨੇ ਨਾ ਇੱਧਰਲੇ ਚੱਕੇ ਨਾ ਨਿਕਲ ਗਏ ਸੀਗੇ, ਇਹਨਾਂ ਦੇ ਰਿਮ ਚੱਜ ਤਰ੍ਹਾਂ ਨਹੀਂ ਪਵਾ ਰੱਖੇ ਸੀ ਅਤੇ ਉਹ ਮੇਰਾ ਹੱਥ ਥੱਲੇ ਆ ਗਿਆ ਇਹਦੇ ਵਿੱਚ। 15 ਬੱਚੇ ਸੀ, ਆਖਿਰ ਕਿ 6 ਬੱਚੇ ਬਹਿੰਦੇ ਆ ਰਿਕਸ਼ਾ 'ਚ। ਕਹਿੰਦੇ ਅਸੀਂ ਕਈ ਵਾਰੀ ਤਾਂ ਬੱਚੇ ਗੋਦੀਆਂ 'ਚ ਵੀ ਬਿਠਾ ਕੇ ਲੈ ਕੇ ਜਾਂਦੇ ਹਾਂ। ਹਾਂਜੀ, ਉਹ ਵੀਰੇ ਨੂੰ ਗਲਤ ਬੋਲਿਆ ਸੀ, ਉਹਨੇ ਵੀ ਬੋਲਿਆ ਸੀ। ਬੱਚੇ ਛੋਟੇ ਹੈਗੇ ਆ, ਜੇ ਕੁਛ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ? ਇਹੀ ਸੀਗੇ ਆਟੋ ਵਾਲੇ, ਉਹ ਤਾਂ ਮੰਨਦੇ ਨਹੀਂ ਆਪਦੀ ਗਲਤੀ, ਮੰਨਦੇ ਪਏ ਆਪਦੀ ਗਲਤੀ।